ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਹਸਰੋਤਿਆਂ ਨੂੰ ਜੀ ਆਇਆਂ ਨੂੰ ਇਸ ਵੇਲੇ ਦੀ ਵੱਡੀ ਖਬਰ ਇਹ ਲੋਕ ਹੋ ਜਾਣ ਸਾਵਧਾਨ 1 ਅਕਤੂਬਰ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਹੋ ਜਾਏਗਾ ਵੱਡਾ ਕਾਂਡ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀਡੀਓ ਬਾਰੇ ਸਾਰੀ ਇਨਫੋਰਮੇਸ਼ਨ ਮਿਲ ਜਾਗਿਆ ਹੀ ਸਾਰੇ ਆਪਣੇ ਪੈਸੇ ਨੂੰ ਜ਼ਿਆਦਾਤਰ ਬੈਂਕਾਂ ਵਿੱਚ ਰੱਖਣਾ ਸੁਰੱਖਿਅਤ ਮੰਨਦੇ ਹਨ ਘਰਾਂ ਦੇ ਵਿੱਚ ਅਸੀਂ ਸਿਰਫ ਜਰੂਰਤ ਦੇ ਪੈਸੇ ਹੀ ਰੱਖ ਕੇ ਆਂ ਬਾਕੀ ਸਾਰੇ ਬੈਂਕਾਂ ਵਿੱਚ ਰੱਖਣਾ ਪਸੰਦ ਕਰਦੇ ਕਿਉਂਕਿ ਬੈਂਕ ਅਜਿਹੀ ਥਾਂ ਹੁੰਦੀ ਹੈ ਜਿੱਥੇ ਅਸੀਂ ਸਾਰੇ ਆਪਣੇ ਪੈਸਿਆਂ ਨੂੰ ਰੱਖਣ ਦੀ ਸਭ ਤੋਂ ਸੁਰੱਖਿਅਤ ਥਾਂ ਮੰਨਦੇ ਹਨ ਪਰ ਜੇਦਾ ਵੀ ਬੈਂਕਿੰਗ ਦੇ ਨਾਲ ਜੁੜੇ ਕਿਸੇ ਵੀ ਕੰਮ ਦੇ ਵਿੱਚ ਬਦਲਾਅ ਕਰਨੇ ਪੈਂਦੇ ਹਨ ਤਾਂ ਬੈਂਕ ਉਹਨਾਂ ਨੂੰ ਮਹੀਨੇ ਦੀ ਪਹਿਲੀ ਤਰੀਕ ਨੂੰ ਲਾਗੂ ਕਰਦੇ ਨੇ ਜਿਹਾ ਇੱਕ ਕਾਂਡ ਹੋ ਗਿਆ ਹੈ ਇੱਕ 1 ਅਕਤੂਬਰ ਤੋਂ ਬੈਂਕ ਨਹੀਂ ਦੋ ਬੈਂਕ ਨਹੀਂ ਸਗੋਂ ਤਿੰਨ ਬੈਂਕਾਂ ਦੇ ਵਿੱਚ ਇਹ ਵੱਡਾ ਬਦਲਾਅ ਹੋਵੇਗਾ ਤੇ ਉਹਨਾਂ ਬੈਂਕਾਂ ਦੇ ਨਾਲ ਜੁੜੇ ਲੋਕਾਂ ਦੇ ਲਈ ਪਹਿਲਾਂ ਹੀ ਚੇਤਾਵਨੀ ਹੈ ਕਿ 1 ਅਕਤੂਬਰ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਖਤਮ ਕਰ ਲੈ ਨਹੀਂ ਤਾਂ ਉਹਨਾਂ ਨੂੰ ਬਾਅਦ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੈਂਕ ਹੈ ਇਲਾਹਾਬਾਦ ਬੈਂਕ ਆਰਟੀਕਲ ਬੈਂਕ ਅਤੇ ਜੂਨੀਅਨ ਆਫ ਇੰਡੀਅਨ ਬੈਂਕ ਇਹਨਾਂ ਤਿੰਨਾਂ ਬੈਂਕਾਂ ਦੇ ਨਾਲ ਜੁੜੇ ਹੋਏ ਗ੍ਰਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਬੈਂਕਾਂ ਦੀ ਪੁਰਾਣੀ ਚੈੱਕ ਬੁੱਕ ਦੀ ਜਗ੍ਹਾ ਨਵੀਂ ਚੈੱਕ ਬੁੱਕ ਪ੍ਰਾਪਤ ਕਰ ਲੈਣ ਕਿਉਂਕਿ 1 ਅਕਤੂਬਰ ਤੋਂ ਬਾਅਦ ਇਹ ਬੈਂਕ ਉਹਨਾਂ ਦੀ ਪੁਰਾਣੀ ਚੈੱਕ ਬੁੱਕ ਬੇਕਾਰ ਘੋਸ਼ਿਤ ਕਰ ਦੇਣਗੇ ਇਸ ਦੇ ਪਿਛਲੇ ਦਾ ਇਹ ਕਾਰਨ ਹੈ ਕਿ ਇਲਾਹਾ ਬੈਂਕ ਦਾ ਇੰਡੀਅਨ ਬੈਂਕ ਕਰਤੇ ਆਰਟੀਕਲ ਬੈਂਕ ਹਾਫ ਕੁਮਾਰਸ ਅਤੇ ਯੂਨੀ ਐਂਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ਵਿੱਚ ਵਿਰਲੇਵਾ ਹੋ ਗਿਆ ਹੈ ਇੰਡੀਅਨ ਬੈਂਕ ਨੇ ਇਲਾਹਾਬਾਦ ਬੈਂਕ ਦੇ ਗ੍ਰਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਅਸੁਵਿਧਾ ਤੋਂ ਬਚਣ ਦੇ ਲਈ ਨਵੀਂ ਚੈੱਕ ਬੁੱਕ ਲਈ ਅਰਜ਼ੀ ਦੇਣ ਉੱਥੇ ਹੀ ਇਸ ਪੂਰੇ ਬਦਲਾਅ ਸੰਬੰਧੀ ਟਵਿੱਟਰ ਅਕਾਊਂਟ ਤੇ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਬੈਂਕ ਨੇ ਇੱਕ ਟਵੀਟ ਦੇ ذریعے ਲਿਖਿਆ ਹੈ ਕਿ ਇਲਾਹਾਬਾਦ ਬੈਂਕ ਦੇ ਗ੍ਰਾਹਕ ਨਵੀਂ ਚੈੱਕ ਬੁੱਕ ਮੰਗਵਾ ਕੇ ਇੰਡੀਅਨ ਬੈਂਕ ਦੇ ਨਾਲ ਬੁਕਿੰਗ ਸਹੂਲਤਾਂ ਦਾ ਲਾਭ ਲੈ ਸਕਦੇ ਹਨ ਕਿਉਂਕਿ 1 ਅਕਤੂਬਰ ਤੋਂ ਪੁਰਾਣੀਆਂ ਚੈੱਕ ਬੁੱਕਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ